ਪੰਜਾਬ ਦੀ ਮਤਲਬ ਨਾ ਸਿਰਫ ਪੰਜਾਬ ਦੀ ਹੀ ਤੀਨ ਹੈ ਬਲਕਿ ਪੰਜਾਬ ਦੀ ਅਫਸਰ ਸ਼ਾਹੀ ਦੀ ਵੀ ਤੀਨ ਹੈ ਪੰਜਾਬੀ ਸਵੈਮਾਨ ਦੀ ਤੀਨ ਹੈ ਜੇ ਹੂ ਇਸ ਦਿੱਲੀ ਜਿਹੜਾ ਇੱਕ ਇਤਿਹਾਸ ਨਾਲ ਜੋੜਨਾ ਭਾਸ਼ਾ ਨਾਲ ਜੋੜਨਾ ਸਭਿਆਚਾਰ ਨਾਲ ਜੋੜਨਾ ਤੇ ਪਰ ਵਿਰਸੇ ਵਿਰਾਸਤ ਨਾਲ ਜੋੜਨਾ ਇਹ ਪੰਜਾਬੀ ਫਿਲਾਸਫਰਾਂ ਦਾ ਪੰਜਾਬੀ ਸਕਾਲਰਾਂ ਦਾ ਕੰਮ ਹੈਗਾ ਇਹ ਦਿੱਲੀ ਵਾਲੇ ਕੀ ਕਰਨਗੇ ਇੱਥੇ ਆ ਕੇ ਉਹ ਦਿੱਲੀ ਵਾਲਿਆ ਨਾ ਦਿੱਲੀ ਵਾਲਿਆ ਵਾਸਤੇ ਕੰਮ ਕਰ ਆਪਣੇ ਕਦੀ ਚਲੋ ਜੋ ਥੜਾ ਥੜਾ ਸੂਤ ਬੰਦਾ ਉਥੇ ਭਾਂਤ ਭਾਂ ਦੀ ਲੱਕੜੀ ਕੱਟੀ ਹੋਈ ਹੈ ਉਹਨਾਂ ਲਈ ਰਿਕੁਆਇਰਮੈਂਟ ਲੱਗ ਗਈ ਹੈ ਸਾਡੀ ਸਾਡੇ ਦਾ ਇੱਕ ਪੰਜਾਬੀ ਕੌਮ ਹੈਗੀ ਹੈ ਸਾਡੇ ਦਾ ਇੱਕ ਪੰਜਾਬ ਦਾ ਇੱਕ ਵਿਰਸਾ ਪ੍ਰਾਪਤ ਹੈ ਭਾਜ ਸਾਡੀ ਇਹ ਭਾਸ਼ਾ ਲੱਗ ਗਈ ਸਾਡੀ ਸਾਡੀ ਮਤਲਬ ਕਲਚਰ ਲੱਗ ਹੈ ਨਾ ਕਿ ਦਿੱਲੀੋਂ ਲਿਆ ਕੇ ਇੱਕ ਜਾਲੀ ਮਹਲਾ ਮਹਲਾ ਕਲੈਂਡਰ दैट ਮੈਂ ਵਾਰਨਿੰਗ ਦਿੰਨਾ ਸਰਕਾਰ ਨੂੰ ਜਿਹਨਾਂ ਨੇ ਇਸ ਪਾਸੇ ਪੰਗਾ ਲੀਤਾ ਉਹ ਪਹਿਲੇ ਦੀ ਵੀ ਤਬਹੀ ਕਰਨਗੇ ਤੇ ਸਾਧਨਾ ਸਰੋਤਾ ਦੇ ਮਨੁੱਖੀ ਸਰੋਤਾ ਦੀ ਵੀ ਤਬਹੀ ਕਰਨਗੇ ਉਣਾ ਦੇਖੋ ਪੰਜਾਬ ਦੇ ਪੰਜਾਬ ਦੀ ਆਪਣਾ ਦੇਖੋ ਤੁਸੀਂ ਪੰਜਾਬ ਨੇ ਕੀ ਕਰਨਾ ਹੈਗਾ ਨਾ ਕਿ ਦਿੱਲੀ ਨੇ ਕੀ ਕੀਤਾ ਹੈਗਾ ਸਿਟੀ ਸਟੇਟ ਉਹ ਤਾਂ ਨਿਸਪਰ ਕਮੇਟੀ ਹੈ ਦਿੱਲੀ ਦਾ ਪੁਲ ਸੁਰੱਖ ਪੁਲ ਸੇ ਖਰਚਾ ਉਹਦਾ ਨਹੀਂ ਹੈਗਾ ਐਗਰੀਕਲਚਰ ਖਰਚਾ ਉਹਨਾਂ ਦਾ ਨਹੀਂ 6.5 10 10000 ਕਰੋੜ ਦੀ ਸਾਰੀ ਟੈਕਨੀਕਲ ਸਬਸਿਡੀ ਹੈਗੀ ਹੈ ਬਾਰੇ ਮੈਂ ਕੋਈ ਮੇਰੇ ਕੋਲ ਕੋਈ ਪੁਖਤਾ ਜਾਣਕਾਰੀ ਤਾਂ ਨਹੀਂ ਹੈਗੀ ਆ অথੈਨਟਿਕ ਇਨਫੋਰਮੇਸ਼ਨ ਹੈ ਨਹੀਂ ਕੋਈ ਪਰ ਜੇਕਰ ਇਹ ਸੱਚ ਹੈਗਾ ਆ ਔਰ ਜਿਵੇਂ ਕੁਝ ਚੈਨਲ ਤੇ ਚੱਲਦਾ ਪਿਆ ਹੈਗਾ ਆ ਕਾ ਸਤਮੁੱਚ ਹੀ ਬੜਾ ਖਤਰਨਾਕ ਰੁਝਾਨ ਹੈਗਾ ਇਹ ਪੰਜਾਬ ਦੀ ਮਤਲਬ ਨਾ ਸਿਰ ਪੰਜਾਬ ਦੀ ਤਹੀਨ ਹੈ ਬਲਕਿ ਪੰਜਾਬ ਦੀ ਅਫਸਰशाही ਦੀ ਵੀ ਤਹੀਨ ਹੈ ਪੰਜਾਬੀ ਸਵੈਮਾਨ ਦੀ ਤਹੀਨ ਹੈ ਕਿ ਹੂ ਇਜ਼ ਦਿੱਲੀ ਦਿੱਲੀ ਵਾਲਾ ਦਿੱਲੀ ਇੱਕ ਸਿਟੀ ਸਟੇਟ ਹੈ ਉਹ ਸਾਡਾ ਇੱਕ ਪੂਰਾ ਸੂਰਾ ਰਾਜ ਹੈ ਸਾਡੀਆਂ ਸਮੱਸਿਆਵਾਂ ਸਾਡੀ ਜੋ ਬਣਤਰ ਹੈਗੀ ਹੈ ਸਾਡੀਆਂ ਰਿਕੁਆਇਰਮੈਂਟ ਸਾਡੀ ਪਲੈਨਿੰਗ ਬਿਲਕੁਲ ਵੱਖਰੀ ਹੈਗੀ ਹੈ ਸਾਡੇ ਕੋਲ ਪਹਿਲਾਂ ਇੱਕ ਮਜ਼ਬੂਤ ਸਿਸਟਮ ਹੈਗਾ ਉਹਨੂੰ ਠੀਕ ਕਰਨ ਦੀ ਲੋੜ ਹੈ ਚਾਹੇ ਸਕੂਲਾਂ ਦਾ ਚਾਹੇ ਹਸਪਤਾਲਾਂ ਦਾ ਇੱਕ ਸਾਡੇ SSC ਤੋਂ ਲੈ ਕੇ PSC ਤੋਂ ਲੈ ਕੇ ਇਸ ਤਸੀਲ ਕੁਆਟਰ ਤੋਂ ਲੈ ਕੇ ਡਿਸਟ੍ਰਿਕਟ ਹੈਡ ਕੁਆਟਰ ਤੱਕ ਮੈਡੀਕਲ ਕਾਲਜਾਂ ਤੱਕ ਇੱਕ ਪੂਰਾ ਬੜਿਆ ਤਰ੍ਹਾਂ ਦਾ ਕੋ ਢਾਂਚਾ ਹੈਗਾ ਬੇਸਿਕ ਇਨਫਰਾ ਬੇਸਿਕ ਇਨਫਰਾਸਟ੍ਰਕਚਰ ਕੋ ਹੈਗੀ ਹੈ ਉੱਚ ਪੈਸਾ ਡੰਪ ਕਰਨ ਦੀ ਲੋੜ ਹੈ ਪੈਸਾ ਪਾਉਣ ਦੀ ਲੋੜ ਹੈਗੀ ਹੈ ਤੇ ਦਿੱਲੀ ਦਾ ਕੋ ਮਾਡਲ ਜਿਹੜਾ ਕਿ ਇੱਕ 22 ਹਾਤ ਮਾਡਲ ਹੈਗਾ ਜਿਹਦੇ ਚੋ ਜਿਹਦੀ ਜਿਹਦੀ ਬਹੁਤ ਮਤਲਬ ਭੰਡੀ ਹੋ ਚੁੱਕੀ ਹੈ ਜਿਹਦਾ ਸਾਰਾ ਪੋਲ ਖੁੱਲ ਚੁੱਕਿਆ ਹੈਗਾ ਜਿਸ ਜਿਹਨੇ ਕੋਰੋਨਾ ਦੌਰਾਨ ਜੇ ਲੋਕੀ ਤਰ ਤਰਫ ਕੇ ਜਿਵੇਂ ਦਿੱਲੀ ਚ ਮਰੇ ਹੈਗੇ ਆ ਔਰ ਹਜ਼ਾਰਾਂ ਲੋਕਾਂ ਨੇ ਪੰਜਾਬ ਆ ਕੇ ਇਲਾਜ ਕਰਾਇਆ ਹੈਗਾ ਉਹ ਦਿੱਲੀ ਦੇ ਮਾਡਲ ਦਾ ਪੋਲ ਖੋਲਣ ਵਾਸਤੇ ਕਾਫੀ ਕੁ ਲਿਸ ਲਿਸ ਕਾਕ ਉਸੀਲਾ ਦੀਖੇ ਦੁਆਰਾ ਬੜਾਏ ਗਏ ਜਾਂ ਇੱਕ ਦੋ ਉਹ ਸਕੂਲ ਹੈਗੇ ਉਹਨਾਂ ਲਿਸ ਕਾਕ ਪਛਾਕੇ ਦੋ ਚਾਰ ਸਕੂਲਾਂ ਵਿੱਚ ਕੋਈ ਮਤਲਬ ਡਰਾਮੇਬਾਜ਼ੀ ਕਰਕੇ ਇਹ ਜਿਹਨੂੰ ਦਿੱਲੀ ਮਾਡਲ ਪ੍ਰਚਾਰ ਰਹੇ ਹੈਗੇ ਉਹ ਕਿਤੇ ਹੀ ਨਹੀਂ ਹੈਗਾ ਮੈਨੂੰ ਸਾਰੇ ਦਿੱਲੀ ਦਿੱਲੀ ਦੇ 1800 ਸਕੂਲ ਹੈਗੇ ਲੱਗਦਾ ਕਿ 185000 ਹੈਗੇ ਉਹਨਾਂ ਸਕੂਲਾਂ ਵਿੱਚ ਕੱਲੇ ਕੱਲੇ ਸਕੂਲਾਂ ਦਾ ਵਰਨਨ ਕੀਤਾ ਜਾਵੇ ਅਜੀ ਕੋਈ ਰਿਪੋਰਟ ਪੇਸ਼ ਕਰਨ ਕਿ ਬਾਕੀ ਸਕੂਲਾਂ ਸਹੂਲਤਾਂ ਕਿੰਨੀਆਂ ਹੈਗੀਆਂ ਕਿ ਇਹਨਾਂ ਦੇ ਸਾਰਿਆਂ ਦੇ ਅਮੀਰਾਂ ਗਰੀਬਾਂ ਦੇ ਬੱਚੇ ਗਵਰਨਮੈਂਟ ਸਕੂਲਾਂ ਵਿੱਚ ਪੜ੍ਹਦੇ ਹੈਗੇ ਕਿ ਇੱਕ ਤਰ੍ਹਾਂ ਦੀ ਵਿੱਦਿਆ ਹੈਗੀ ਹੈ ਸਿਲੇਬਸ ਕੀ ਹੈਗਾ ਤੇ ਪੰਜਾਬ ਦਾ ਜਿਹੜਾ ਸਿਲੇਬ ਹਗਾ ਜੋ ਪੰਜਾਬ ਦੀ ਆਪਣੇ ਰਿਸੋਰਸਸ ਹੈ ਉਹਨਾਂ ਦੀ ਵਰਤੋਂ ਕਰਕੇ ਪੰਜਾਬ ਦਾ ਜਿਹੜਾ ਜਿਹੜਾ ਇੱਕ ਇਤਿਹਾਸ ਨਾਲ ਜੋੜਨਾ ਭਾਸ਼ਾ ਨਾਲ ਜੋੜਨਾ ਸੱਭਿਆਚਾਰ ਨਾਲ ਜੋੜਨਾ ਤੇ ਵਿਰਸੇ ਵਿਰਾਸਤ ਨਾਲ ਜੋੜਨਾ ਇਹ ਪੰਜਾਬੀ ਫਿਲਾਸਫਰਾਂ ਦਾ ਪੰਜਾਬੀ ਸਕਾਲਰਾਂ ਦਾ ਕੰਮ ਹੈਗਾ ਇਹ ਦਿੱਲੀ ਵਾਲੇ ਕੀ ਕਰਨਗੇ ਇੱਥੇ ਆ ਕੇ ਖੂਬ ਦਿੱਲੀ ਵਾਲਿਆਂ ਨੂੰ ਦਿੱਲੀ ਵਾਲਿਆਂ ਵਾਸਤੇ ਕੰਮ ਆਪਣੇ ਕਰੀ ਚਲੋ ਜੋ ਥੜਾ ਥੜਾ ਸੂਤ ਬੰਦਾ ਉਥੇ ਭਾਂਤ ਭਾਂ ਦੀ ਲੱਕੜੀ ਕੱਟੀ ਹੋਈ ਹੈ ਉਹਨਾਂ ਲਈ ਰਿਕੁਆਇਰਮੈਂਟ ਲੱਗ ਹੈ ਸਾਡੀਆਂ ਸਾਡੇ ਦਾ ਇੱਕ ਪੰਜਾਬੀ ਕੌਮ ਹੈਗੀ ਹੈ ਸਾਡੇ ਦਾ ਇੱਕ ਪੰਜਾਬ ਦਾ ਇੱਕ ਵਿਰਸਾ ਪ੍ਰਾਤਸਤ ਹੈ ਭਾਸ਼ਾ ਸਾਡੀ ਇਹ ਭਾਸ਼ਾ ਲੱਗ ਗਈ ਸਾਡੇ ਸਾਡੀ ਮਤਲਬ ਕਲਚਰ ਲੱਗ ਹੈ ਸਾਡਾ ਬਣਤਰ ਲੱਗ ਹੈ ਸਾਡੀ ਸਮਾਜਿਕ ਬਣਤਰ ਲੱਗ ਗਈ ਸੋ ਸਾਡੀਆਂ ਰਿਕੁਆਇਰਮੈਂਟ ਲੱਗ ਗਈਆਂ ਦਿੱਲੀ ਦੀਆਂ ਲੱਗ ਗਈਆਂ ਭਵੰਤਮਾਨ ਹੋਰਾਂ ਨੂੰ ਗਲਤੀ ਕਦੇ ਹੀ ਨਹੀਂ ਕਰਨੀ ਚਾਹੀਦੀ ਔਰ ਜਿਹੜੇ ਪੰਜਾਬ ਦੇ ਜਿਹੜੇ ਮਤਲਬ ਮਾਹਰ ਹੈਗੇ ਹੈ ਚਾਹੇ ਉਹ ਖੇਤ ਚਾਹੇ ਖੇਤੀ ਦੇ ਚਾਹੇ ਉਹ ਸਿਹਤ ਦੇ ਮਹਾਰਤਾਂ ਉਹਨਾਂ ਇਸਵਾਵਾਂ ਲੈ ਕੇ ਪੰਜਾਬ ਜਿਹੜਾ ਪਹਿਲਾ ਹੀ ਮੂਲ ਪੂਤਾ ਚ ਅਵੇਲੇਬਲ ਹੈਗਾ ਹੈ ਕਾਮਨ ਸਕੂਲਾਂ ਵੀ ਚਾਹੇ ਗੱਲ ਕਰ ਲੋ ਚਾਹੇ ਸਰਕਾਰੀ ਹਸਪਤਾਲ ਜਾਂ ਐਸਐਸਸੀ ਪੀਐਸਸੀ ਤੇ ਤਹਿਸੀਲ ਤੇ ਡਿਸਟ੍ਰਿਕਟ ਹੈੱਡਕੁਆਰਟਰ ਦੀ ਗੱਲ ਕਰੋ ਇਸ ਢਾਂਚੇ ਨੂੰ ਮਜ਼ਬੂਤ ਕਰਨ ਦੀ ਲੋ ਨਾ ਕਿ ਦਿੱਲੀੋਂ ਲਿਆ ਕੇ ਇੱਕ ਜਾਲੀ ਮਹੱਲਾ ਮਹੱਲਾ ਕੈਲੰਡਰ ਦਾ ਮੈਂ ਵਾਰਨਿੰਗ ਦਿੰਨਾ ਸਰਕਾਰ ਨੂੰ ਕਿ ਜਿਹਨਾਂ ਇਸ ਪਾਸੇ ਪੰਗਾ ਲੀਤਾ ਉਹ ਪਹਿਲੇ ਦੀ ਵੀ ਤਬਾਹੀ ਕਰਨਗੇ ਤੇ ਸਾਧਨਾ ਸਰੋਤਾ ਦੇ ਮਨੁੱਖੀ ਸਰੋਤਾ ਦੀ ਵੀ ਤਬਾਹੀ ਕਰਨਗੇ ਹਾਂਜੀ ਥੋੜਾ ਜਿਹਾ ਖਿਲੋੜੀ ਅਗਰ ਉਹਦਾ 71 ਨਹੀਂ ਫਿਰ ਆਪਾਂ ਪੰਜਾਬ ਦੇ ਸਾਰੇ ਬੁੱਧੀ ਮਿਲ ਕੇ ਮੀਟਿੰਗ ਕਰਕੇ ਆਪਾਂ ਸਰਕਾਰ ਕੋਲ ਕਹਾਂਗੇ ਕਿ ਬੰਦ ਕਰ ਰਹੇ ਹਾਂ ਸਾਡਾ ਜੱਟਾ ਚਾ ਤਹਿਸ ਨਹਿਸ ਨਾ ਕਰ ਦਿੱਲੀ ਮਗਰ ਲੱਗ ਕੇ ਔਰ ਦਿੱਲੀ ਦੀ ਸਾਡੀ ਰਿਕੁਆਇਰਮੈਂਟ ਅਲੱਗ ਆ ਸਾਡਾ ਸਾਡੀ ਪਲੈਨਿੰਗ ਲੱਗ ਹੈ ਮੈਂ ਤਾਂ ਮੈਂ ਤੁਹਾਨੂੰ ਸਲਾਹ ਦੇ ਸਕਦਾ ਕਿ ਭਾਈ ਤੂੰ ਇਹ ਕੰਮ ਤੁਸੀਂ ਨਾ ਕਰੋ ਦਿੱਲੀ ਮਗਰ ਲੱਗ ਕੇ ਪੰਜਾਬ ਦੀ ਲੋੜਾਂ ਦੇਖੋ ਪੰਜਾਬ ਦੇ ਪੰਜਾਬ ਦੀ ਆਪਣਾ ਦੇਖੋ ਤੁਸੀਂ ਪੰਜਾਬ ਨੇ ਕੀ ਕਰਨਾ ਹੈਗਾ ਨਾ ਕਿ ਦਿੱਲੀ ਨੇ ਕੀ ਕੀਤਾ ਹੈਗਾ ਇੱਕ ਸਿਟੀ ਸਟੇਟ ਉਹ ਤਾਂ ਮਿਨਿਸਪਲ ਕਮੇਟੀ ਹੈ ਦਿੱਲੀ ਦਾ ਪੂਰ ਸੁਰਖ ਪੂਰਸੇ ਖਰਚਾ ਉਹਨਾਂ ਦਾ ਨਹੀਂ ਹੈਗਾ ਐਗਰੀਕਲਚਰ ਖਰਚਾ ਉਹਨਾਂ ਦਾ ਨਹੀਂ 6.5 ਤੋਂ 10 10000 ਕਰੋੜ ਦੀ ਸਾਡੀ ਟੈਕਨੀਕਲ ਸਬਸਿਡੀ ਹੈਗੀ ਹੈ ਦਿੱਲੀ ਦਾ ਤਾਂ ਕੀ ਮੁਕਾਬਲਾ ਕਰ ਸਕਦੀ ਹੈਗੀ ਯਾਸੀ ਦਿੱਲੀ ਕੀ ਮੁਕਾਬਲਾ ਕਰ ਲਵਾਂਗੇ ਦੁਨੀਆ ਭਰ ਦਾ ਪੈਸਾ ਦਿੱਲੀ ਚ ਇਕੱਠਾ ਹੁੰਦਾ ਰੈਵਨਿਊ ਸਰਪਲਸ ਸਟੇਟ ਹੈ ਅਸੀਂ ਅਸੀਂ 373 ਕਾ ਕਰਜ਼ੇ ਵਾਲੀ ਸਟੇਟ ਹੈਗੀ ਹੈ ਇਹਨਾਂ ਨੂੰ ਦਿਖਦਾ ਨਹੀਂ ਬੱਚਿਆ ਆਮ ਆਦੀ ਪਾਰਟੀ ਨੂੰ ਕਾਹਦੇ ਨਹੀਂ ਆਮ ਲੋਕਾਂ ਨੇ ਵੋਟਾਂ ਮਾਰੇ ਆਮ ਪਾਰਟੀ ਨੂੰ ਜਲਦੀ ਨੀ ਹੋਤਾ ਦੇਖੋ ਗਲਤੀ ਕੀਤੀ ਜੋ ਇਹ ਲੋਕਾਂ ਨੇ ਸਰਕਾਰ ਨੂੰ ਫਤਵਾ ਦਿੱਤਾ ਉਹਦਾ ਸਦਕਾਰ ਸਤਿਕਾਰ ਕਰਨਾ ਚਾਹੀਦਾ ਕਾਂਗਰਸ ਪਾਰਟੀ ਨੂੰ ਸਤਿਕਾਰ ਕਰਨਾ ਚਾਹੀਦਾ ਜੇ ਕਾਂਗਰਸ ਪਾਰਟੀ ਨੇ ਗਲਤੀਆਂ ਕੀਤੀਆਂ ਜੇ ਜੇ ਕਾਲੀ ਨੇ ਗਲਤੀ ਕੀਤੀ ਤਾਂ ਹੀ ਆਪ ਵਾਲੇ ਆਏ ਨਾ ਨਹੀਂ ਆਪਰੇ ਨਾਲ ਕੋਈ ਕੀ ਥਾਂ ਸੀਗੀ ਇੱਥੇ ਕੋਈ ਥਾਂ ਨਹੀਂ ਸੀ ਸਤਾਰਾ ਦੇਖੇ ਜੀ ਆਪਾਂ ਪਰ ਸਾਲਾਂ ਤੋਂ 22 ਤੱਕ ਲੋਕਾਂ ਦੀ ਆਸਾ ਸੀ ਜਿਵੇਂ ਕਾਂਗਰਸ ਨੇ ਪਾਣੀ ਫੇਰਿਆ ਜਿਵੇਂ ਕੈਪਟਨ ਨੇ ਪੰਜਾਬ ਨੂੰ ਕਾਂਗਰਸ ਮੁਕਤ ਕਰਨ ਦਾ ਆਪਣਾ ਪ੍ਰੋਜੈਕਟ ਮੋਦੀ ਸਾਹਿਬ ਦੇ ਕਹਿ ਤੇ ਪੂਰਾ ਕੀਤਾ ਉਹਦਾ ਨਤੀਜਾ ਹੀ ਇਹੀ ਨਿਕਲਣਾ ਸੀ ਰਹੀ ਨਿਕਲਿਆ ਹੈਗਾ ਦੇਸ਼ ਦੁਨੀਆ ਦੀ ਹਰ ਵੱਡੀ ਖਬਰ ਨਾਲ ਜੁੜੇ ਰਹਿਣ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਦੀ ਨਾਲ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਲਈ ਬੈਲ ਆਈਕਨ ਜ਼ਰੂਰ ਦਬਾਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ ਇਸ ਨੂੰ ਲਾਈਕ ਜ਼ਰੂਰ ਕਰੋ ਔਰ ਜਿਆਦਾ ਤੋਂ ਜਿਆਦਾ ਸ਼ੇਅਰ ਵੀ ਕਰੋ